बिस्मिल्ला जी, वीरा ता डाया सीगा नहाउण टरपैन ते। सवेर सवेर दा टाइम आ, तीसरा रोज़ा अज। ते उत्थे आके देखिया ओहदी ते ते पानी कोई नहीं। पता लग्गिया कि भाई हुणां ने ना पानी ओहदी च बाहर कढ दित्ता होया सारा। ओहदी दे विच ना बड़ा गंद मचिया होया सी, रेत सी, साइडां ते जाले लगे होए सी, हरियाई सी। उहनां नूं साफ करन दे वास्ते ना उहनां ने पानी सारा विचों बाहर कढ दित्ता, तां कि इहनूं दुबारा साफ करके ना पानी विच स्टोर कीता जाएगा। प्लेटां ते वी सारिआं ते बेबहा मिट्टी। ते मैं क्या क्यों ना इत्थे फिर कोई हाथ दी सफाई दिखाई जावे। ते ऐ साडा चैनल LUQNAN लुकमान TV, लुकमान TV, इन्हों सब्सक्राइब कर दियो, लाइक कर दियो, दोस्तों के नाल शेयर कर दियो। शुक्रिया। सलाम हो गया सारे वीरां नूं। मैं क्या सज्जे खब्बे ते चढ़दे लहिंदे रहण वाले सारे भैन भरावां नूं सलाम हो गया मेरी तरफों। ते की हाल आ, सारे वधिया ने? अच्छा यार, ताड़ा वीरा हो गया बिल्कुल रेडी नहा धो के। यार एक गल दी ना मैनू समझ नहीं आती कि लोग पता नहीं किदा 15-15 दिन 20-20 दिन महीना महीना नहाने तो बगैर कढ लैंदे आ। ताडे वीरे नूं ना 8 दिन ना नहावे ना तो मैनू सुस्ती जी चढ़ जाती, खुरक जी होण लग पैंदी आ। 8वें दिन यार नहाना मजबूरी बन जाती है। ते नाले एक होर तुहानूं मैं गल दसां कि बार बार नहाउण दे नाल कोई बंदा बहुत सोहणा नहीं हो जांदा। साडे वी हुण मैं माशाल्लाह मैं तुहाडा वीरा घट सोहणा है, तुहाडे सामणे ही आ यार। मैं हुण कोई रोज़ नहाउणा, दिन 'च 3-3 वारी नहाउणा, मैं 8वें दिन नहाउणा। ਇਹ ਬਾਰ ਬਾਰ ਨਹਾਉਣ ਦੇ ਨਾਲ ਬੰਦਾ ਬਹੁਤ ਜ਼ਿਆਦਾ ਸੋਹਣਾ ਨਹੀਂ ਹੋ ਜਾਂਦਾ? ਸਾਡੇ ਖਾਨਦਾਨ ਦੇ ਵਿੱਚ ਮਾਸ਼ਾਅੱਲਾ ਸਾਰੇ ਮੁੰਡੇ ਹੀ ਸੋਹਣੇ ਆ। ਹੈਂ, ਤੁਸੀਂ ਮੇਰਾ ਹੀ ਹਿਸਾਬ ਲਾ ਲਓ ਯਾਰ, ਸਾਰਿਆਂ ਤੋਂ ਸੋਹਣਾ ਮੈਂ ਹਾਂ। ਬਾਕੀ ਅੱਗੇ ਤੁਸੀਂ ਹਿਸਾਬ ਲਾ ਲਓ ਮੇਰਾ ਰੰਗ ਨਾ ਹੁਣ, ਚਾਹੇ ਮੇਰਾ ਰੰਗ ਕਾਲਾ ਹੀ ਆ ਨਾ, ਲੇਕਿਨ ਨੈਣ ਨਕਸ਼ ਸੋਹਣੇ ਆ, ਅਲਹਮਦੁਲਿਲਾ, ਮਾਸ਼ਾਅੱਲਾ ਕਹਿ ਦਿਓ ਯਾਰ ਸਾਰੇ। ਨੈਣ ਨਕਸ਼ ਮੇਰੇ ਸੋਹਣੇ ਆ, ਬੰਦਾ ਨਿਰਾ ਰੰਗ ਚਿੱਟੇ ਦੇ ਨਾਲ ਸੋਹਣਾ ਨਹੀਂ ਹੁੰਦਾ, ਨੈਣ ਨਕਸ਼ ਵੀ ਬੰਦੇ ਦੇ ਸੋਹਣੇ ਹੋਣੇ ਚਾਹੀਦੇ ਆ। ਮੈਂ ਐਡਾ ਮਾੜਾ ਵੀ ਨਹੀਂ ਯਾਰ, ਮੇਰੇ ਨੈਣ ਨਕਸ਼ ਮਾੜੇ ਆ। ਕਿਹੜਾ ਬੰਦਾ ਕਹਿੰਦਾ ਕਿ ਮੈਂ ਮਾੜਾ ਆ? ਮੇਰੀ ਬੇਬੇ ਤੋਂ ਪੁੱਛੋ ਮੈਂ ਮਾੜਾ ਹਾਂ? ਮੈਂ ਬੜਾ ਸੋਹਣਾ ਹਾਂ ਆਪਣੀ ਬੇਬੇ ਲਈ। ਇੱਦਾਂ ਹੀ ਸਾਰੇ ਵੀਰ ਸੋਹਣੇ ਹੁੰਦੇ ਆ, ਚਾਹੇ ਕੋਈ 2 ਦਿਨ ਬਾਅਦ ਨਾਵੇ, ਡੇਲੀ ਨਾਵੇ, 8 ਦਿਨ ਬਾਅਦ ਨਾਵੇ, ਮਹੀਨੇ ਬਾਅਦ ਨਾਵੇ, ਕਿਸੇ ਨੂੰ ਕੀ ਲੱਗੇ? ਹੈਂ, ਮੈਂ ਕਿਹਾ ਹੁਣ ਤੁਸੀਂ ਖੁਸ਼ ਆ ਅੱਜ ਦੇ ਲਈ? ਇੰਨੀਆਂ ਕੁ ਚਵਲਾਂ ਬਥੇਰੀਆਂ। ਚਲੋ ਜੇ ਬਥੇਰੀਆਂ ਆ ਤਾਂ ਚਲੋ ਹੁਣ ਆਪਾਂ ਚੱਲਦੇ ਹਾਂ ਦੁਕਾਨੇ ਫਿਰ। ਲਓ ਜੀ, ਵੀਰਾ ਤੁਹਾਡਾ ਪਹੁੰਚ ਗਿਆ ਆਪਣੀ ਹੱਟੀ ਤੇ। ਐਂ ਸਾਹਮਣੇ ਮੇਰੀ ਕੁਰਸੀ ਆ ਤੇ ਹੁਣ ਸਾਰਾ ਦਿਨ ਇੱਥੇ ਹੀ ਵਿਰਾਜਮਾਨ ਹੋਣਾ ਆਪਾਂ। ਢੇਡ ਖਾ ਦੇ। ਅੱਛਾ, ਉਸ ਤੋਂ ਬਾਅਦ ਕੋਕ ਦੀ ਬੋਤਲ ਮੰਗਾ ਲਈ। ਅੱਛਾ, ਉਹ ਪੀਤੀ। ਐਸਾ ਨਸੀਬ, ਚੌਲ ਵੀ ਲੱਗ ਗਏ, ਬੋਤਲੀਆਂ ਵੀ ਲੱਗ ਗਈਆਂ, ਬੋਤਲ ਵੀ ਲੱਗ ਗਈ। 1000 ਜ਼ੁਲਮ ਕੀਤਾ ਕਿਹੜਾ ਬੋੜੀਆਂ? ਆ ਜਿਹੜਾ ਤੈਨੂੰ ਕਿਹਾ ਸੀ ਸ਼ਵਾਰਮਾ ਲੈ ਕੇ ਆਈ, ਉਹ ਲੈ ਕੇ ਨਹੀਂ ਆਇਆ। ਸ਼ਵਾਰਮਾ ਕਿਹਾ ਸੀਗਾ? ਕਹਿੰਦਾ ਹੈ ਨਹੀਂ। ਕਿਉਂ? ਸ਼ਾਮ ਨੂੰ ਕਹਿੰਦਾ 4 ਵਜੇ ਪਾ ਮੈਂ। ਅੱਛਾ, ਪਰ ਉਸ ਤੋਂ ਇਲਾਵਾ ਦੂਸਰੀ ਗੱਲ ਇਹ ਆ ਕਿ ਅੱਜ PSL ਦਾ ਪਲੇ ਆਫ ਮਰਹਲਾ ਵੀ ਸ਼ੁਰੂ ਹੋ ਗਿਆ ਜੀ। ਤੇ ਹਮੇਸ਼ਾ ਪਹਿਲੇ ਮੈਂ ਸਪੋਰਟ ਕਰਦਾ ਪਿਆ ਸੀ ਕੁਵੇਟਾ ਗਲੈਡੀਏਟਰ ਨੂੰ, ਤੇ ਹੁਣ ਸਪੋਰਟ ਕਰੀਦਾ ਜਿਹੜੀਆਂ 2 ਟੀਮਾਂ ਖੇਡ ਰਹੀਆਂ ਹੋਣ ਨਾ ਉਹਨਾਂ ਦੇ ਵਿੱਚੋਂ 1 ਟੀਮ ਨੂੰ ਸਪੋਰਟ ਕਰੀਦਾ। ਤੇ ਅੱਜ ਆਪਾਂ ਪਲੇ ਆਫ ਮੈਚ ਦਾ ਪਹਿਲਾ ਮੈਚ ਹੈ ਮੁਲਤਾਨ ਸੁਲਤਾਨ ਤੇ ਪਿਸ਼ਾਵਰ ਜ਼ਲਮੀ ਦਾ। ਅੱਜ ਆਪਾਂ ਸਪੋਰਟ ਕਰਾਂਗੇ ਜੀ ਪਿਸ਼ਾਵਰ ਜ਼ਲਮੀ ਨੂੰ, ਬਾਬਰ ਆਜ਼ਮ ਦੀ ਟੀਮ ਨੂੰ। ਬਾਬਰ ਆਜ਼ਮ ਨੂੰ ਸਪੋਰਟ ਕਰਨ ਦਾ ਇਹ ਮਕਸਦ ਨਹੀਂ ਹੈ ਕਿ ਕੁਵੇਟਾ ਗਲੈਡੀਏਟਰ ਨੂੰ ਸਪੋਰਟ ਮੈਂ ਨਹੀਂ ਕਰ ਰਿਹਾ। ਇਹਦਾ ਮਤਲਬ ਹੈ ਕਿ ਸਾਡੇ ਲੈਜੈਂਡ ਨੇ, ਬਾਬਰ ਆਜ਼ਮ ਵੀ ਸਾਡਾ ਲੈਜੈਂਡ ਹੈ ਤੇ ਰਿਜ਼ਵਾਨ ਵੀ ਇਹ ਲੈਜੈਂਡ ਹੈ ਸਾਡਾ। ਤੇ ਲੇਕਿਨ ਇੱਕ ਮੁਹੱਬਤ ਹੁੰਦੀ ਆ, ਖਿਲਾੜੀ ਪਸੰਦ ਹੁੰਦਾ ਆ ਕੋਈ ਬੰਦੇ ਨੂੰ, ਕੋਈ ਇੱਕ ਐਸੀ ਕੋਈ ਚੀਜ਼ ਬੰਦੇ ਨੂੰ ਪਸੰਦ ਹੁੰਦੀ ਜਿਹਦੀ ਵਜ੍ਹਾ ਤੋਂ ਮਤਲਬ ਕਿਸੇ ਟੀਮ ਨੂੰ ਕਿਸੇ ਖਿਲਾੜੀ ਨੂੰ ਸਪੋਰਟ ਕਰਦਾ ਆ। ਅਤੇ ਆਪਣੀ ਸਪੋਰਟ ਬਾਬਰ ਆਜ਼ਮ ਸਾਡਾ ਪੂਰੀ ਦੁਨੀਆ ਦੇ ਵਿੱਚ ਨੰਬਰ 1 ਬੈਟਸਮੈਨ ਹੈ ਅਤੇ ਉਹਦੇ ਨਾਲ ਸਾਡੀ ਅੱਜ ਮੈਂ ਸਪੋਰਟ ਉਹਨੂੰ ਕਰ ਰਿਹਾ ਤੁਹਾਡਾ ਬਾਈ। ਅਤੇ ਵੈਸੇ ਆਪਣੀ ਅਲਹਮਦੁਲਿਲਾ ਸਪੋਰਟ ਕੁਵੇਟਾ ਗਲੇਡੀਏਟਰ ਦੇ ਨਾਲ ਆ, ਸੈਫੀ ਭਾਈ ਦੇ ਨਾਲ ਆ ਜਿਨ੍ਹਾਂ ਨੇ ਅਲਹਮਦੁਲਿਲਾ ਸਾਨੂੰ ਚੈਂਪੀਅਨ ਟਰੋਫੀ ਦਾ ਚੈਂਪੀਅਨ ਬਣਾਇਆ ਪੂਰੀ ਦੁਨੀਆ ਦੇ ਵਿੱਚ। ਉਹਨਾਂ ਦੇ ਨਾਲ ਮੁਹੱਬਤ ਸਾਡੀ, ਮੇਰੀ ਕੁਵੇਟਾ ਗਲੇਡੀਏਟਰ ਦੇ ਨਾਲ ਮੁਹੱਬਤ ਆ। ਲੇਕਿਨ ਅੱਜ ਦੇ ਇਸ ਮੈਚ ਦੇ ਵਿੱਚ ਆਪਾਂ ਪਿਸ਼ਾਵਰ ਜ਼ਲਮੀ ਨੂੰ ਸਪੋਰਟ ਕਰਾਂਗੇ, ਤੁਹਾਡਾ ਬਾਈ ਪਿਸ਼ਾਵਰ ਜ਼ਲਮੀ ਨੂੰ ਸਪੋਰਟ ਕਰੇਗਾ। ਇਨਸ਼ਾਅੱਲਾ ਤਾਲਾ ਪਿਸ਼ਾਵਰ ਜ਼ਲਮੀ ਵਿਨ ਕਰੇਗੀ ਅੱਜ ਦਾ ਮੈਚ। ਇਹ ਪਲੇ ਆਫ ਮਰਹਲੇ ਦਾ ਪਹਿਲਾ ਮੈਚ ਪਿਸ਼ਾਵਰ ਜ਼ਲਮੀ ਬਾ ਮੁਕਾਬਲਾ ਮੁਲਤਾਨ ਸੁਲਤਾਨ। ਤੁਸੀਂ ਵੀ ਕਮੈਂਟ ਵਿੱਚ ਲਾਜ਼ਮੀ ਦੱਸਣਾ ਕਿ ਤੁਸੀਂ ਅੱਜ ਇਸ ਪਲੇ ਆਫ ਮਰਹਲੇ ਦੇ ਪਹਿਲੇ ਮੈਚ ਦੇ ਵਿੱਚ ਮੁਲਤਾਨ ਸੁਲਤਾਨ ਅਤੇ ਪਿਸ਼ਾਵਰ ਜ਼ਲਮੀ ਦੋਵਾਂ ਟੀਮਾਂ ਦੇ ਵਿੱਚੋਂ ਕਿਹੜੀ ਟੀਮ ਨੂੰ ਸਪੋਰਟ ਕਰਦੇ ਪਏ ਹੋ? ਪਿਸ਼ਾਵਰ ਜ਼ਲਮੀ ਨੂੰ ਸਪੋਰਟ ਕਰਦੇ ਪਏ ਹੋ ਜਾਂ ਕਿ ਮੁਲਤਾਨ ਸੁਲਤਾਨ ਨੂੰ ਸਪੋਰਟ ਕਰਦੇ ਪਏ ਹੋ? ਬਾਬਰ ਆਜ਼ਮ ਨੂੰ ਸਪੋਰਟ ਕਰ ਰਹੇ ਹੋ ਜਾਂ ਮੁਹੰਮਦ ਰਿਜ਼ਵਾਨ ਨੂੰ ਸਪੋਰਟ ਕਰਦੇ ਪਏ ਹੋ? ਚਾਚੇ ਇਫਤਖਾਰ ਨੂੰ ਸਪੋਰਟ ਕਰ ਰਹੇ ਹੋ ਜਾਂ ਸਾਇਮ ਅਯੂਬ ਨੂੰ ਸਪੋਰਟ ਕਰ ਰਹੇ ਹੋ?